ਹਾਂਜੀ ਕਿੱਦਾਂ ਸਾਰੇ ਵੀਡੀਓ ਆ ਜੀ ਸ਼ੇਅਰ ਤਾਂ ਤੁਸੀਂ ਆਪੇ ਹੀ ਕਰ ਦੇਣੀ ਆ ਮੈਂ ਸੋਚਿਆ ਕੁਛ ਤਤਵੀਕ ਕਰਦੇ ਰਹੀਦਾ ਕੁਛ ਵੱਖਰਾ ਕਰੀਏ ਤੇ ਆਪਣੇ ਵਿਚਾਰ ਦਿਓ ਪਈ ਤੁਹਾਨੂੰ ਇਹ ਵਧੀਆ ਲੱਗੀ ਜਾਂ ਨਹੀਂ ਸਾਰੀ ਵੀਡੀਓ ਦੇਖਿਓ ਜੀ ਸੰਸਾਰ ਭਰ ਚ ਜੋ ਕੁਛ ਵੀ ਹੋਇਆ ਕੁਛ ਇਦਾਂ ਦੀਆਂ ਤਸਵੀਰਾਂ ਆ ਜੋ ਸੰਸਾਰ ਭਰ ਚ ਮਸ਼ਹੂਰ ਨੇ ਤੇ ਮਸ਼ਹੂਰ ਰਹਿਣੀਆਂ ਕੁਛ ਅਜਿਹੀਆਂ ਤਸਵੀਰਾਂ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਆ ਆਈ ਹੋਪ ਤੁਸੀਂ ਪਸੰਦ ਕਰੋਗੇ ਹਾਂਜੀ ਇਹ ਹੈ ਜੀ ਤਸਵੀਰ 1932 ਦੀ ਇਹ ਬਹੁਤ ਜ਼ਿਆਦਾ ਮਸ਼ਹੂਰ ਤਸਵੀਰ ਹੈ ਸਾਰੇ ਸੰਸਾਰ 'ਚ ਇਹ 1932 'ਚ ਮੇਰੇ ਅਰਗੇ ਕੰਮ ਕਰਨ ਵਾਲੇ ਆਪਣੇ ਦੁਪਹਿਰ ਦਾ ਖਾਣਾ ਕਿੱਥੇ ਬੈਠ ਕੇ ਖਾ ਰਹੇ ਆ ਤੁਸੀਂ ਦੇਖ ਸਕਦੇ ਆ ਕਹਿੰਦਾ ਮਤਲਬ ਡਰ ਭੈਣਾ ਦੀ ਇਹਨਾਂ ਦੇ ਦਿਲ 'ਚ ਕੋਈ ਸ਼ੈਅ ਹੀ ਹੈ ਨਹੀਂਗੀ ਇਹ ਤਸਵੀਰ ਹੈ ਜੀ 1932 ਦੀ ਤੇ ਅੱਗੇ ਆ ਜਾਓ ਜੀ ਤੇ ਦੇਖ ਸਕਦੇ ਆ ਇਹ ਤਸਵੀਰ ਹੈ ਜੀ ਆਪਣੇ ਭਾਰਤ ਦੀ ਤੇ ਬੰਗਾਲ ਚ ਕਾਲ ਪਿਆ ਸੀ ਤੇ ਦੇਖ ਸਕਦੇ ਆ ਇਹ ਕੋਈ ਇਹ ਅਸਲੀ ਇਨਸਾਨ ਨੇ ਮੈਂ ਕੋਸ਼ਿਸ਼ ਇਹੀਆਂ ਤਸਵੀਰਾਂ ਅਸਲੀ ਕੀਤੀਆਂ ਤੁਹਾਨੂੰ ਦਿਖਾਉਣ ਲਈ ਕਈ ਕਹਿੰਦੇ ਰਹਿੰਦੇ ਆ ਸਾਰਾ ਕੁਝ ਸੈੱਟ ਵੀ ਆ ਪਤਾ ਕੀ ਗੱਲ ਆ ਸਾਨੂੰ ਰੋਟੀ ਮਿਲਦੀ ਸਾਡੇ ਕੋ ਛੱਤ ਆ ਬਸ ਸ਼ੁਕਰ ਕਰਿਆ ਕਰੋ ਬਾਈ ਓਕੇ ਆ ਓਕੇ ਆ ਹਨਾ ਤੇ ਮਤਲਬ ਅਸੀਂ ਜਿਵੇਂ ਆਕਮਾ ਜਿੱਦਾਂ ਸੋਚੇ ਜਾਵੇ ਤਾਂ ਮੇਰੇ ਕੋਲ ਵੀ ਕੁਝ ਨਹੀਂ ਹੈ ਨਾ ਮੈਂ ਤਾਂ ਆਪਣੇ ਨਹਾਣਦਿਆਂ ਤੋਂ ਦੀਨ ਦੁਨੀਆ ਤੋਂ ਬਹੁਤ ਪਿੱਛੇ ਆ ਪਰ ਜਿੰਨੇ ਕੇ ਜੋਗਾ ਹੈਗਾ ਉੰਨੇ ਜੇ ਸਬਰ ਕਰਕੇ ਖੁਸ਼ ਰਹਿ ਲਈਦਾ ਹਨਾ ਤੇ ਇਸ ਲਈ ਦੋ ਤਿੰਨ ਤਸਵੀਰਾਂ ਮੈਂ ਇਸ ਤਰ੍ਹਾਂ ਦੀਆਂ ਕੀਤੀਆਂ ਸ਼ਾਇਦ ਤੁਹਾਡੇ ਦਿਲ ਚ ਵੀ ਆ ਜਾਵੇ ਪੀਬਾਈ ਹਾਂ ਰੋਟੀ ਖਾਣੇ ਆ ਦੂ ਟਾਈਮ ਦੀ ਵਧੀਆ ਠੀਕ ਆ ਜੀ ਇਹ ਜੀ ਬੰਗਾਲ ਦੀ ਤਸਵੀਰ ਬੰਗਾਲ ਚ ਆਪਣੇ ਭਾਰਤ ਦੇ ਬੰਕਾਲ ਚ ਕਾਲ ਪਿਆ ਸੀ ਤੇ ਬਿੰਸਟਨ ਚਰਚਿਲ ਨਾਮ ਦਾ ਪ੍ਰਧਾਨ ਮੰਤਰੀ ਹੋਇਆ ਇੰਗਲੈਂਡ ਦਾ ਉਸ ਵੇਲੇ 1945-42 ਉਸ ਸਮੇਂ ਦੇ ਗੇੜ ਚ ਪਿਆ ਸੀ ਤੇ ਉਹ ਕਹਿੰਦਾ ਸੀ ਵੀ ਮਾਰਨ ਦੋ ਇੰਡੀਆ ਵਾਲਿਆਂ ਨੂੰ ਭੁੱਖੇ ਤੇ ਉਹਨੇ ਆਪਣੇ ਸਾਰੇ ਚੌਲ ਜੂਲ ਇੱਧਰ ਵਰਲਡ ਵਾਰ ਲੱਗੀ ਹੋ ਸੀ ਉੱਧਰ ਸੈਂਡ ਕਰਤੇ ਸੀ ਤੇ ਦੇਖ ਸਕਦੇ ਆ ਤੁਸੀਂ ਤੇ ਤਸਵੀਰਾਂ ਦੇਖ ਵੀ ਨਹੀਂ ਹੁੰਦੀਆਂ ਤੇ ਅੱਗੇ ਆ ਜਾਓ ਜੀ ਇਹ ਤਸਵੀਰ ਹੈ ਜੀ ਮੰਗੋਲੀਆ ਦੀ ਮੰਗੋਲੀਆ ਆਪਣੇ ਕੋਲੇ ਹੀ ਪੈ ਜਾਂਦਾ ਇੱਧਰ ਭਾਰਤ ਚੀਨ ਦੇ ਕੋਲੇ ਹੀ ਆ ਦੇਸ਼ ਰਕਬੇ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਵੱਡਾ ਪਰ ਆਬਾਦੀ ਹੈ ਨਹੀਂ ਉੱਤੇ ਦੀ ਤੇ ਇਹ ਤਸਵੀਰ ਹੈ ਜੀ ਇਸਔਰਤ ਨੂੰ سزا ਦਿੱਤੀ ਗਈ ਸੀ ਉਯਾਰਡ 'ਚ ਨੂੰ ਸਿੱਟ ਦਿੱਤਾ ਗਿਆ ਸੀ ਤੁਸੀਂ ਦੇਖ ਸਕਦੇ ਆ ਇਸ ਨੂੰ ਇਸ ਤਰ੍ਹਾਂ ਬੰਦ ਕਰਕੇ ਉਯਾਰਡ 'ਚ ਮਰਨ ਲਈ ਸਿੱਟ ਦਿੱਤਾ ਗਿਆ ਸੀ ਉਸ ਨੂੰ ਕੋਈ سزا ਹੋਈ ਹੋਗੀ ਕਉਂ ਤੁਸੀਂ ਕਹਿਣਾ ਜਿਨੇ ਫੋਟੋ ਖਿੱਚੀ ਉਹਨੇ ਕਿਉਂ ਨਹੀਂ ਹੈਲਪ ਕੀਤੀ ਇਸ ਤਰ੍ਹਾਂ ਜਿਹੜੇ ਫੋਟੋ ਆ ਜਿਹੜੇ ਖਿੱਚਦੇ ਇਸ ਤਰ੍ਹਾਂ ਦੀ ਇੱਕ ਤੁਹਾਨੂੰ ਹੋਰ ਫੋਟੋ ਦਿਖਾਉਂਗਾ ਉਹ ਸ਼ਾਇਦ ਤੁਸੀਂ ਕਈ ਜਗ੍ਹਾ ਦੇਖੀ ਉਹ ਹੈਲਪ ਨਹੀਂ ਕਰ ਸਕਦੇ ਸੀ ਹੈਨਾ ਤਸਵੀਰੇ ਕਰਨ ਵਾਲੇ ਉਹ ਹੈਲਪ ਨਹੀਂ ਸੀ ਕਰ ਸਕਦੇ ਜਸਟ ਤਸਵੀਰੇ ਕਲਿੱਕ ਕਰ ਸਕਦੇ ਸੀ ਇਹ ਔਰਤ ਨੂੰ ਸਜ਼ਾ ਦਿੱਤੀ ਗਈ ਸੀ ਇਸ ਤਰ੍ਹਾਂ ਹੀ ਭੁੱਖੇ ਪਾਣੇ ਇਸਨੇ ਮਰ ਜਾਣਾ ਸੀ ਮਰ ਗਈ ਹੁਣੀ ਆ ਮਤਲਬ ਇਹ ਇਹ ਵੀ ਫੋਟੋ 1913 ਦੀ ਆ ਤੇ ਮਤਲਬ ਤੁਸੀਂ ਕਹਿਣਾ ਉਸ ਸਮੇਂ 컬러 ਤਸਵੀਰ ਕਿੱਦਾਂ ਸੀ ਜੋ ਵੀ ਹੈ ਨਾ ਇਹ ਤਾਂ ਚਲੋ ਇੰਟਰਨੈਟ ਤੇ ਕਿਸੇ ਨੇ ਕਲਰ ਕਰਕੇ ਪਾਈ ਹੋਆ ਹੈ ਨਾ ਤੇ ਇਹ ਦੇਖੋ ਇਹ ਕੋਸ਼ਿਸ਼ ਕਰਦੀ ਪਈ ਆ ਲੋਕ ਖੋਲਣ ਦੀ ਇਸ ਤਰ੍ਹਾਂ ਸਜ਼ਾ ਦੇ ਕੇ ਭੁੱਖੇ ਭਾਣੇ ਯਾਰਚ ਛੱਡ ਦਿੱਤਾ ਜਾਂਦਾ ਸੀ ਦੇਖ ਸਕਦੇ ਆ ਜੀ ਤੇ ਜਿਸ ਨੇ ਕਲਿੱਕ ਕੀਤੀ ਉਹ ਹੈਲਪ ਨਹੀਂ ਜੀ ਕਰ ਸਕਿਆ ਤੇ ਅੱਗੇ ਆ ਜਾਓ ਜੀ ਇਹ ਤਸਵੀਰ ਆ ਜੀ ਸੁਡਾਨ ਦੀ ਦੇਖ ਸਕਦੇ ਆ ਮੁੰਡੇ ਦੀਆਂ ਅੱਖਾਂ 'ਚ ਤੁਸੀਂ ਕੋ ਕੁੱਦ ਦੇਖ ਸਕਦੇ ਅੱਖਾਂ ਹੀ ਕਈ ਕੁਝ ਦੱਸ ਦਿੰਦੀਆਂ ਇਨਸਾਨ ਨੂੰ ਤੇ ਕੋਈ ਉਸ ਦੇ ਸਾਹਮਣੇ ਤੁਰਿਆ ਜਾ ਰਿਹਾ ਹੈ ਮਾਰਕੀਟ ਤੋਂ ਕੁਝ ਖਾਣ ਵਾਲੀ ਚੀਜ਼ ਲੈ ਕੇ ਤੇ ਉਸ ਦਾ ਹਾਲ ਦੇਖ ਲਓ ਪਰ ਓਹੀ ਮਤਲਬ ਆ ਭਈ ਸ਼ੁਕਰ ਕਰਿਆ ਕਰੋ ਭਈ ਬਾਈ ਦੋ ਟਾਈਮ ਦੀ ਮਿਲਦੀ ਹੈ ਜਿੱਦਾਂ ਦੀ ਵੀ ਰੋਟੀ ਮਿਲਦੀ ਆ ਸ਼ੁਕਰ ਕਰਿਆ ਕਰੋ ਦੁਨੀਆ 'ਚ ਇਹ ਫੋਟੋ ਮਾ ਤੇ ਚਲੋ ਇਹ ਫੋਟੋ 92 93 ਦੀ ਇਸ ਬੇਲੇ ਵੀ 2020 'ਚ ਵੀ ਲੋਕਾਂ ਦਾ ਇਸ ਤਰ੍ਹਾਂ ਦਾ ਹਾਲ ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਮੇਰਾ ਮਤਲਬ ਮੇਰਾ ਯਾਰ ਦਿਲ ਨਹੀਂ ਕਰਦਾ ਦਿਖਾਉਣ ਨੂੰ ਪਰ ਇਹ ਫੋਟੋ ਸੰਸਾਰ ਚ ਸਭ ਤੋਂ ਜ਼ਿਆਦਾ ਮਸ਼ਹੂਰ ਹੋਈ ਕਈਆਂ ਨੇ ਤੁਹਾਡੇ ਚ ਦੇਖੀ ਹੋਣੀ ਇਹ ਵੀ ਸੁਡਾਨ ਦੀ ਆ 1993-94 ਦੀ ਇਹ ਦੇਖ ਸਕਦੇ ਆ ਤੁਸੀਂ ਇੱਲ ਬੈਠੀ ਆ ਪੀ ਕਦੋਂ ਨਿਆਣਾ ਮਰੂ ਤੇ ਕਦੋਂ ਉਹਨੂੰ ਖਾਵਾਂ ਦੇਖ ਸਕਦੇ ਆ ਤੁਸੀਂ ਇਹ ਫੋਟੋ ਵਾਲਾ ਜਿਹੜਾ ਬੰਦਾ ਸੀ ਕਾਰਟਰ ਬੰਦੇ ਦਾ ਨਾਮ ਸੀ ਤੇ ਉਸਨੇ ਖੁਦਕੁਸ਼ੀ ਕਰ ਲਈ ਸੀ ਉਸ ਨੂੰ ਨਾਮ ਬਹੁਤ ਇੱਕ ਨਾਮ ਆ ਜਿੱਦਾਂ ਵੀ ਤਸਵੀਰਾਂ ਦਾ ਸਾਰੇ ਸੰਸਾਰ ਚ ਮਸ਼ਹੂਰ ਉਸ ਨੂੰ ਉਹ ਬੜਾ ਨਾਮ ਮਿਲ ਗਿਆ ਸੀ ਇਸ ਤਸਵੀਰ ਕਰਕੇ ਇਹ ਦੇਖੋ ਭੁੱਖ ਨਾਲ ਨਿਆਣਾ ਮਰਨ ਵਾਲਾ ਹੀ ਆ ਮਰ ਗਿਆ ਹੁਣ ਆ ਜੋ ਵੀ ਆ ਪਤਾ ਨਹੀਂ ਸੀ ਲੱਗਾ ਤੇਲ ਬੈਠੀ ਆ ਪਈ ਕਦੋਂ ਇਹ ਮਰੇ ਤੇ ਕਦੋਂ ਇਹਨੂੰ ਖਾਵਾ ਜੋ ਵੀ ਹੈ ਨਾ ਵੇਟ ਕਰਦੀ ਪਈ ਆ ਤੇ ਉਹ ਬੰਦਾ ਜਿਹਨੇ ਫੋਟੋ ਖਿੱਚੀ ਸੀ ਉਹਨੇ ਵੀ 25 30 ਮਿੰਟ ਵੇਟ ਕੀਤਾ ਸੀ ਇਸ ਦਾ ਵੀ ਕਦੋਂ ਉੜ ਜੂ ਜੋ ਵੀ ਆ ਉਸਨੇ ਕਹਤੇ ਨਹੀਂ ਇਸ ਦੀ ਹੈਲਪ ਕੀਤੀ ਉਸਤੇ ਕਈ ਤਾਣੇ ਮਿਹਣੇ ਲੱਗੇ ਸੀ ਜਿਸਨੇ ਫੋਟੋ ਖਿੱਚੀ ਤੇ ਉਹ ਇਸ ਫੋਟੋ ਤੋਂ ਥੋੜੇ ਸਮੇਂ ਬਾਅਦ ਉਸਨੇ ਖੁਦਕੁਸ਼ੀ ਕਰ ਲਈ ਉਸਨੇ ਆਪਣੇ ਸੁਸਾਈਡ ਲੈਟਰ ਚ ਲਿਖਿਆ ਸੀ ਕਿ ਜੋ ਮਤਲਬ ਜਿਹੜੇ ਆ ਤਾਂ ਚਲੋ ਫੋਟੋ 9293 ਦੀ ਜਿਹੜੇ ਬੰਦੇ ਨੇ ਕਲਿੱਕ ਕੀਤੀ ਉਹ ਉਸਦੇ ਦਿਲ ਦਿਮਾਗ ਤੇ ਕੀ ਬੀਤਦੀ ਹੋਗੀ ਹੈਨਾ ਉਹ ਭਾਰ ਚਾ ਨਹੀਂ ਸਕੇ ਉਸਨੇ ਖੁਦਕੁਸ਼ੀ ਸੁਸਾਈਡ ਲੈਟਰ ਚ ਲਿਖਿਆ ਸੀ ਕਿ ਮੇਰੇ ਦਿਨ ਰਾਤ ਮੇਰੀਆਂ ਤਸਵੀਰਾਂ ਅੱਗੇ ਉਹੀ ਆਉਂਦਾ ਆ ਤੇ ਇਸ ਲਈ ਮੈਂ ਮਰਨ ਲੱਗਾ ਤੇ ਜਿਸ ਨੇ ਤਸਵੀਰ ਕਲਿੱਕ ਕੀਤੀ ਸੀ ਉਹ ਬੰਦਾ ਆਪ ਵੀ ਮਰ ਗਿਆ ਸੀ ਸੁਸਾਈਡ ਕਰਕੇ ਤੇ ਅੱਗੇ ਆ ਜੋ ਇਹ ਹੈ ਜੀ ਚਾਈਨਾ ਦੀ 1999 ਦੀ ਹੈ ਸ਼ਾਇਦ ਉੱਥੇ ਮੁਜ਼ਾਰੇ ਹੋਏ ਸੀ ਤੇ ਸਰਕਾਰ ਨੇ ਟੈਂਕ 'ਤੇ ਟੈਂਕ ਕਰਤੇ ਸੀ ਸੈਂਡ ਤੇ ਆ ਆਪਣੇ ਆਪ ਹੀ ਕੋਈ ਬੰਦਾ ਘਰੋਂ ਘਰ ਵਾਲੀ ਨੇ ਕਿਹਾ ਜਾ ਭਿੰਡੀਆਂ ਤੋਰੀਆਂ ਕਲੇਲੇ ਲਿਆ ਦੁਕਾਨ ਤੋਂ ਤੇ ਬੰਦਾ ਮਾਰਕੀਟ ਨੂੰ ਤੋਂ ਸਮਾਨ ਲੈ ਕੇ ਆਉਂਦਾ ਪਿਆ ਉਹਨੂੰ ਦੇਖਿਆ ਟੈਂਕੋਂ ਦੇ ਆ ਸਰਕਾਰੀ ਰੋਡ ਤੇ ਮਤਲਬ ਨਾ ਭਈ ਜਿਹੜੇ ਮੁਜ਼ਾਹਰਾ ਕਰਦੇ ਸੀ ਲੋਕ ਆਮ ਲੋਕ ਉਹਨਾਂ ਵਿਰੁੱਧ ਤੇ ਦੇਖ ਲਓ ਜੀ ਖੜ ਗਿਆ ਸੀ ਟੈਂਕਾਂ ਦੇ ਮੋਹਰੇ ਕੱਲਾ ਹੀ ਇੱਕ ਤਾਨਕੇ ਦੇਖ ਲਓ ਭਈ ਉਹੀ ਭਈ ਆਮ ਇਨਸਾਨ ਹੀ ਹੁੰਦੇ ਆ ਜਿਹੜੇ ਇਦਾਂ ਦੇ ਕਾਰੇ ਕਰਨ ਵਾਲੇ ਹਨ ਜਿਹੜੇ ਫੂਫਾ ਫੈਫੂ ਕਰਦੇ ਆ ਉਹ ਤਾਂ ਫੇਰ ਸਾਨੂੰ ਪਤਾ ਹੀ ਆ ਪਟਾਕੇ ਫੁੱਸੇ ਹੀ ਹੁੰਦੇ ਆ ਨਾ ਭਈ ਦੇਖ ਲਓ ਇਸ ਬਾਰੇ ਤੁਸੀਂ ਜ਼ਿਆਦਾ ਦੇਖਣਾ ਤਾਂ ਟੈਂਕ ਮੈਨ ਚਾਈਨਾ ਤੁਸੀਂ ਸਰਚ ਕਰ ਲਿਓ ਇਸ ਬਾਰੇ ਹੋਰ ਵੀ ਤੁਸੀਂ ਦੇਖ ਸਕਦੇ ਆ ਖੜ ਗਿਆ ਟੈਂਕਾਂ ਅੱਗੇ ਕਹਿੰਦਾ ਲੈ ਜਾਓ ਕਿੱਧਰ ਨੂੰ ਲੈ ਜਾਣੇ ਆ ਹੱਥਾਂ 'ਚ ਸਮਾਨ ਫੜਿਆ ਘਰ ਦਾ ਅੱਗੇ ਆ ਜਾਓ ਜੀ ਤੇ ਸ਼ੇਅਰ ਦਾ ਨਹੀਂ ਮੀਗਾ ਸ਼ੇਅਰ ਕਰੀ ਚਲੋ ਚਲਦੀ ਚਲਦੀ ਗਰੁੱਪਾਂ 'ਚ ਤੇ ਵਿਚਾਰ ਜ਼ਰੂਰ ਦਿਓ ਵੀ ਕਿੱਦਾਂ ਦੀ ਲੱਗੀ ਏ ਵੀਡੀਓ ਇਸ ਤਰ੍ਹਾਂ ਦੀਆਂ ਲੱਖਾਂ ਦੇ ਹਿਸਾਬ ਨਾਲ ਤਸਵੀਰਾਂ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਂਗਾ ਲੱਖਾਂ ਦੇ ਹਿਸਾਬ ਨਾਲ ਹਨਾ ਇਹ ਆ ਜੀ ਪਲੇਨ ਆ ਇਹ ਪਲੇਨ ਆ ਕੋਈ ਉੱਦੇ ਹੀ ਨਹੀਂ ਉੜਦਾ ਪਿਆ ਹਨਾ ਮਤਲਬ ਭਈ ਇਹ ਪਲੇਨ ਆ ਪਿੱਛੇ ਸਾਈਨ ਵੀ ਦੇਖ ਲਓ ਕਿਹਨਾਂ ਦਾ ਲੱਗਾ ਸੀ ਇਹ ਜੀ ਜਰਮਨੀ ਦਾ ਪਲੇਨ ਸੀ ਹੈਂਡਮਵਰਕ ਤੇ ਇਹ ਚੱਲਦਾ ਸੀ 1930 35 ਦੇ ਗੇੜ ਚ ਅਮਰੀਕਾ ਨੂੰ ਚਲਦਾ ਜਰਮਨ ਤੋਂ ਅਮਰੀਕਾ ਨੂੰ ਇਹ ਗਿਆ ਸੀ ਤੇ ਮਈ 1936 ਚ ਇਹ ਨੂੰ ਅੱਗ ਲੱਗ ਗਈ ਸੀ ਹਾਈਡਰੋਜਨ ਨਾਲ ਚਲਦਾ ਸੀ ਪਲੇਨ ਮੈਂ ਤੁਹਾਨੂੰ ਦਿਖਾਉਣਾ ਅਗਲੀ ਤਸਵੀਰ ਮਤਲਬ ਇਸ ਤਰ੍ਹਾਂ ਦਾ ਪਲੇਨ ਸ਼ਾਇਦ ਤੁਸੀਂ ਪਹਿਲਾਂ ਕਦੀ ਦੇਖਿਆ ਹੋਵੇ ਤੇ ਇਹਦੀਆਂ ਸਾਲੀਆਂ ਤਾਕੀਆਂ ਤੂੰ ਕਿਹਾਂ ਕਿੱਥੇ ਸੀ ਲੋਕਾਂ ਨੂੰ ਬਾਹਰ ਦੀਦਾ ਦੂਦਾ ਹੈਗਾ ਸੀ ਕੁਝ ਪਤਾ ਨਹੀਂ ਕੀ ਸੀ ਹਵਾ ਸੀ ਯਾਰ ਚਲੋ ਸਮਾਂ ਵੀ ਪੁਰਾਣਾ ਹੀ ਸੀ ਪਰ ਇੱਕ ਗੱਲ ਆ 1935 36 ਚ ਐਡੀ ਐਡੀ ਬਿਲਡਿੰਗਾਂ ਯਾਰ ਲਾਈਕ That's amazing bro ਇਹ ਦੇਖ ਲਓ ਜੀ ਇਹਨੂੰ ਅੱਗ ਲੱਗ ਗਈ ਸੀ ਤੇ ਬਾਅਦ ਚ ਬੰਦ ਕਰਤੇ ਸੀਗੇ ਮੈਂ ਇਹਦੇ ਬਾਰੇ ਪੜ੍ਹਨ ਰਿਹਾ ਸੀ 36 ਦਾ ਇਤਿਹਾਸ ਜਿਹੜੇ 36 ਆਮ ਲੋਕ ਜਿਹਨਾਂ ਜਾਣਾ ਸੀ ਕਿਤੇੋਂ ਕਿਤੇ ਨੂੰ 36 ਉਹ ਸੀ ਤੇ 61 ਤਾਂ ক্রਿਊ ਵਾਲੇ ਸੀ ਮਤਲਬ ਨਾ 61 ਬੰਦੇ ਇਹਨੂੰ ਚਲਾਉਣ ਵਾਲੇ ਸੀ ਤੇ 36 ਵਿੱਚ ਬਹਿ ਕੇ ਜਾਣ ਵਾਲੇ ਸੀ ਉਰਾ ਪਰਾਂ ਜਿੱਥੇ ਵੀ ਲੋਕਾਂ ਨੇ ਜਾਣਾ ਜੁਣਾ ਹੋਊਗਾ ਨਾ ਇਹ ਅਸਲੀ ਤਸਵੀਰ ਹੈ ਕੋਈ ਮਤਲਬ ਕੋਈ ਪੇਂਟਿੰਗ ਨਹੀਂ ਬਣਾਈ ਗਈ ਤੇ ਹਿੰਡਮਾਰਕ ਡਿਜ਼ਾਸਟਰ ਤੁਸੀਂ ਇਹਦੇ ਬਾਰੇ ਪੜ੍ਹ ਸਕਦੇ ਆ ਮਈ 1936 ਚ ਤੇ ਬਾਅਦ ਚ ਬੰਦ ਕਰਤੇ ਗਏ ਸੀਗੇ ਤੇ ਦੇਖ ਸਕਦੇ ਆ ਥੱਲੇ ਲੋਕ ਵੀ ਖੜੇ ਆ ਹਨਾ ਤੇ ਇਹ ਜਰਮਨ ਤੋਂ ਅਮਰੀਕਾ ਨੂੰ ਜਦੋਂ ਗਿਆ ਉੱਥੇ ਜਾ ਕੇ ਅੱਗ ਲੱਗ ਗਈ ਸੀ ਤੇ ਪਲੇਨ ਆ ਜੀ ਇਹ ਪਲੇਨ ਅੱਗੇ ਆ ਜਾਓ ਜੀ ਤੇ ਇਹ ਫੋਟੋ ਵੀ ਵਰਲਡ ਵਾਰ 2 ਵੇਲੇ ਦੀ ਆ ਤੇ ਇਹ ਜਿੱਦਾਂ ਬਈ ਕੋਈ ਪੈਰਿਸ ਦੀ ਔਰਤ ਸੀ ਤੇ ਇਸ ਦਾ ਇਸਨੇ دوست ਮਿੱਤਰ ਬਣਾ ਲਿਆ ਸੀ ਕੋਈ ਜਰਮਨ ਦਾ ਆਰਮੀ ਵਾਲਾ ਤੇ ਜਿੰਨੀਆਂ ਵੀ ਮਤਲਬ ਪਈ ਇੱਕ ਤਾਂ ਹੋਈ ਸੀ ਇੱਕ ਪਾਸੇ ਜਰਮਨ ਸੀ ਤੁਹਾਨੂੰ ਪਤਾ ਜਰਮਨੀ ਜਾਪਾਨ ਤੇ ਦੂਜੇ ਪਾਸੇ ਅਮਰੀਕਾ ਇੰਗਲੈਂਡ ਰਸ਼ੀਆ ਮਤਲਬ ਨਾ ਹੋਰ ਕੰਟਰੀਆਂ ਕਈ ਸੀ ਹਨ ਤੇ ਉਹਨਾਂ ਦੀ ਮਤਲਬ ਦੇਸ਼ਾਂ ਲੋ ਜਿਹੜੇ ਜਿਹੜੀ ਸਾਈਡ ਅਮਰੀਕਾ ਸੀ ਜੀ ਉਹਨਾਂ ਦੇ ਦੇਸ਼ਾਂ ਵਾਲੋਂ ਕੋਈ ਔਰਤ ਕਿਸੇ ਜਰਮਨ ਵਾਲੇ ਬੰਦੇ ਨੂੰ ਦੋਸਤ ਬਣਾਉਂਦੀ ਸੀ ਤੇ ਉਸ ਨੂੰ ਇਸ ਤਰ੍ਹਾਂ ਉਸ ਦਾ ਸਿਰ ਗੰਜਾ ਕਰਕੇ ਸਾਰੇ ਸ਼ਹਿਰ ਚ ਕਮਾਇਆ ਜਾਂਦਾ ਸੀ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਔਰਤਾਂ ਸੀ ਉਹ ਵੀ ਫੋਟੋਆਂ ਹੈਗੀਆਂ 30 30 40 40 ਇਕੱਠੀਆਂ ਕਰਕੇ ਕਮਾਉਂਦੇ ਆ ਤੇ ਤੁਸੀਂ ਦੇਖ ਸਕਦੇ ਆ ਤੇ ਇਸ ਦੇ ਕਿਹਦੇ ਜਰਮਨੀ ਵਾਲੇ ਆਰਮੀ ਵਾਲੇ ਨੂੰ ਇਸ ਨੇ ਦੋਸਤ ਬਣਾਇਆ ਹੋਣਾ ਆ ਪੈਰਿਸ ਦੀ ਔਰਤ ਸੀ ਦੇਖ ਸਕਦੇ ਆ ਤੁਸੀਂ ਤੇ ਇਹਨਾਂ ਨੂੰ ਗੰਜੀਆਂ ਕੀਤਾ ਜਾਂਦਾ ਸੀ ਅੱਗੇ ਆ ਜਾਓ ਜੀ ਇਸ ਤਰ੍ਹਾਂ ਇਹਨਾਂ ਤੇ ਅਤਿਆਚਾਰ ਹੁੰਦਾ ਸੀ ਕਹਿੰਦਾ ਮਤਲਬ ਵਰਲਡ ਵਾਰ 2 ਵਿਲੇ ਦੀਆਂ ਫੋਟੋਆਂ ਜੋ ਨਾਜੀ ਲੋਕਾਂ ਨਾਲ ਹੋਇਆ ਹਨ ਜੋ ਵੀ ਆ ਤੇ ਦੇਖ ਸਕਦੇ ਆ ਕੁੜੀ ਦੇ ਅੱਖਾਂ 'ਚ ਤੁਸੀਂ ਦੇਖ ਸਕਦੇ ਆ ਉਸ ਦਾ ਦਰਦ ਇਹ ਵੀ ਇਸ ਨੂੰ ਵੀ ਗੰਜੀ ਕਰਕੇ ਕਮਾਇਆ ਗਿਆ ਦੇਖ ਸਕਦੇ ਤੇ ਅੱਗੇ ਆਜੋ ਇਹ ਫੋਟੋ ਆ ਜੀ ਆਪਣੇ ਇੰਡੀਆ ਦੀ ਇੰਡੀਆ ਦੀਆਂ ਵੀ ਹਜ਼ਾਰਾਂ ਦੇ ਹਿਸਾਬ ਨਾਲ ਫੋਟੋਆਂ ਪੁਰਾਣੀਆਂ ਤੁਸੀਂ ਬਸ ਵਿਚਾਰ ਦਿਓ ਮੈਂ ਸਾਰਿਆਂ ਦੇ ਵਿਚਾਰ ਦੇਖਣੇ ਆ ਤੁਸੀਂ ਚਾਹੋ ਨੇ ਇਦਾਂ ਦੀਆਂ ਫੋਟੋਆਂ ਪੇਸ਼ ਕਰਿਆ ਕਰਾਂ ਆ ਦੇਖੋ ਥਾਲਾ ਝੋਟੇ ਵਰਗਾ ਕਿੱਦਾਂ ਬੈਠਾ ਵਿਚਾਰੀ ਇਹ ਸ਼ਾਮ ਦੀ ਔਰਤਾ ਜਦੋਂ ਆਪਣਾ ਦੇਸ਼ ਆਜ਼ਾਦ ਨਹੀਂ ਸੀ ਹੋਇਆ ਭਾਰਤ ਤੇ ਗੋਰਾ ਦੇਖੋ ਮਤਲਬ ਵੀ ਕਿੱਦਾਂ ਦੇ ਬੰਦੇ ਆ ਚਲੋ ਠੀਕ ਆ ਮੰਨ ਲਿਆ ਤੁਸੀਂ ਰਾਜ ਕਰਦੇ ਸੀ ਇੰਡੀਆ ਤੇ ਪਰ ਇਦਾਂ ਕਿੱਦਾਂ ਬੰਦਾ ਉਹ ਵਿਚਾਰੀ ਕਿੱਦਾਂ ਚੱਕੀ ਘੁੰਮਦੀ ਹੋ ਮੈਨੂੰ ਤਾਂ ਲਾਈਕ ਮੈਨੂੰ ਨਹੀਂ ਆਈ ਆ ਬਾਈ ਮਤਲਬ ਵੀ ਬੰਦੇ ਦਾ ਉਦਾਂ ਹੀ ਯਾਰ ਚਲੋ ਠੀਕ ਆ ਮਤਲਬ ਪਈ ਮੈਂ ਕਿਸੇ ਤੋਂ ਤਕੜਾ ਆ ਜੋ ਵੀ ਆ ਨਾ ਜਿਸ ਤਰ੍ਹਾਂ ਮਰਜ਼ੀ ਵੀ ਮੰਨ ਲਓ ਪਰ ਮੈਂ ਇਸ ਤਰ੍ਹਾਂ ਮੇਰਾ ਦਿਲ ਤਾਂ ਨਹੀਂ ਮੰਨੂ ਪਈ ਇਦਾਂ ਬਹਿ ਕੇ ਹਨਾ ਕਿਸੇ ਤੇ ਦੇਖ ਲਓ ਇਹ ਆ ਸ਼ਾਮ ਦੀ ਫੋਟੋ ਆ ਜਦੋਂ ਭਾਰਤ ਆਜ਼ਾਦ ਨਹੀਂ ਸੀ ਉਹ ਉਸ ਸਮੇਂ ਦੀ ਤੇ ਗੋਰਾ ਇਦਾਂ ਬੈਠਾ ਤੇ ਫੋਟੋ ਆ ਜੀ ਸੰਸਾਰ ਜੁੱਧ ਪਹਿਲਾ 1914-18 ਤੱਕ ਤੇ ਉਸ ਵੇਲੇ ਦੀ ਤੇ ਉਸ ਚ ਸਿੱਖ ਬਹੁਤ ਜ਼ਿਆਦਾ ਸ਼ਹੀਦ ਹੋਏ ਆ ਤੇ ਉਹਨਾਂ ਬਾਰੇ ਕਿਸੇ ਨੇ ਨਹੀਂ ਚੰਨਣਾ ਪਾਇਆ ਮੈਂ ਕੋਸ਼ਿਸ਼ ਕਰੂੰਗਾ ਸਟਡੀ ਕਰਕੇ ਕਿਉਂਕਿ ਮੈਂ ਵੀ ਸਿੱਖ ਪਰਿਵਾਰ ਚ ਪੈਦਾ ਹੋਇਆ ਇੰਦਰਜੀਤ ਸਿੰਘ ਜਸਵਾਲ ਪਿੰਡ ਨਰੂੜ ਤੇ ਸੋ ਮੇਰਾ ਬਣਦਾ ਭਈ ਮੈਂ ਵੀ ਇਹਨਾਂ ਤੇ ਜੋ ਸ਼ਹੀਦ ਹੋਏ ਜਿਨ੍ਹਾਂ ਨੂੰ ਆਪਾਂ ਭੁੱਲ ਚੁੱਕੇ ਆ ਆਪਣੇ ਕੌਮ ਦੇ ਸ਼ਹੀਦਾਂ ਨੂੰ ਨਾ ਬਾਰੇ ਵੀਡੀਓ ਕਰਾਂ ਸਟੱਡੀ ਕਰਕੇ ਵਰਲਡ ਵਾਰ 1 ਚ ਕਿੰਨੇ ਸਿੱਖ ਜੀ ਦੋਏ ਸੀ ਜੋ ਵੀ ਉਸ ਬਾਰੇ ਕੋਸ਼ਿਸ਼ ਕਰਾਂਗਾ ਵੀਡੀਓ ਕਰਨ ਦੀ ਤੇ ਦੇਖੋ ਜੀ ਤੇ ਔਰ ਤੁਹਾਨੂੰ ਸ਼ਾਬਾਸ਼ੀ ਦਿੰਦੀ ਹੋਈ ਸਿੱਖ ਫੌਜੀਆ ਨੂੰ ਇਹ ਸ਼ਾਇਦ ਪੈਰਿਸ ਦੀ ਫੋਟੋ ਆ ਇਹ ਵੀ ਜਿੱਥੋਂ ਤੱਕ ਮੈਨੂੰ ਲੱਗਦਾ ਦੇਖ ਸਕਦੇ ਆ ਤੇ ਵਿਚਾਰ ਜ਼ਰੂਰ ਦਿਓ ਵੀਡੀਓ 'ਚ ਹੁਣ ਮੈਂ ਕਮੈਂਟ ਸਾਰਿਆਂ ਦੇ ਰੀਡ ਕਰੂੰਗਾ ਵੀ ਇਸ ਤਰ੍ਹਾਂ ਦੀਆਂ ਹੋਰ ਫੋਟੋਆਂ ਤੁਹਾਡੇ ਸਾਹਮਣੇ ਪੇਸ਼ ਕਰਾਂ ਹੌਸਲਾ ਹੀ ਮਿਲ ਜਾਂਦਾ ਹੋਰ ਤਾਂ ਕੀ ਆ ਹਨਾ ਤੇ ਵਿਚਾਰ ਦਿਓ ਸਾਰਿਆਂ ਦਾ ਸ਼ੁਕਰੀਆ 1500 1700 ਬੰਦਾ ਸਾਰੀ ਵੀਡੀਓ 'ਚ ਨਾਲ ਜੁੜਿਆ ਰਿਹਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਤੇ ਸ਼ੇਅਰ ਕਰ ਦਿਓ ਜੀ ਬੱਦੋਬੱਦ ਸਾਰੇ WhatsApp Facebook ਗਰੁੱਪਾਂ 'ਚ ਤੇ ਵਿਚਾਰ ਜ਼ਰੂਰ ਦਿਓ ਮਤਲਬ ਕਮੈਂਟ ਲਿਖਣ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਵੀ ਭਾਜੀ ਵਧੀਆ ਲੱਗੀ ਜਿੱਦਾਂ ਵੀ ਮਾੜੀ ਲੱਗੀ ਜੋ ਵੀ ਤੁਹਾਡੀ ਸੋਚ ਆ ਸਾਰੇ ਰੀਡ ਕਰੂੰਗਾ ਹੋਰ ਹੌਸਲੇ ਨਾਲ ਹੋਰ ਜ਼ਿਆਦਾ ਵਧੀਆ ਇਸ ਤਰ੍ਹਾਂ ਦੀਆਂ ਇਤਿਹਾਸਕ ਫੋਟੋਆਂ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੂੰਗਾ ਹੱਸਦੇ ਰਹੋ ਬਸਦੇ ਰਹੋ ਲਾਈਕ ਕਰ ਲਿਓ ਹਿੰਦੀ ਜਿਹਾ ਸਵਾਲ ਤੇ ਲੱਗਦਾ ਸਕਵਾਲ ਗੱਲ ਗੱਲ ਭਾਜੀ ਵੀ ਸ਼ਿਕਾਗੋ ਤੋਂ ਦੇਖਦੇ ਪਿਆ ਸਕਵਾਲ ਗੱਲ ਭਾਜੀ ਢੋ ਰੇਡੀਓ ਇਹਨਾਂ ਦੇ ਕਰਕੇ ਹੀ ਪੇਜ ਸ਼ੁਰੂ ਹੋਇਆ ਸੀ ਤੇ ਇਹਨਾਂ ਦੇ ਕਰਕੇ ਇੱਥੇ ਤੱਕਿਆਂ ਜੋ ਵੀ ਆ ਸਕਵਾਲ ਗੱਲ ਭਾਜੀ ਦਾ ਸ਼ੁਕਰੀਆ ਤੇ ਢੋ ਰੇਡੀਓ ਦਾ ਸ਼ੁਕਰੀਆ ਹਾਜ਼ਰ ਹੋ ਬਸਦੇ ਰਹੋ ਸ਼ੇਅਰ ਕਰ ਦਿਓ ਚਾਰੇ ਪਾਸੇ ਲਿਆ ਦਿਓ ਨੇਰੀਆਂ ਅਡਿਓਸ